ਉਹ ਬੰਦੇ ਤੇ ਥੋੜੀ ਪਾਣੀ ਪਾਣਾ। ਤੂੰ ਕਰ ਅੱਗੇ ਯਾਰ। ਇੱਕ ਚਲਦੀ ਸਕੂਟੀ ਨੂੰ ਅੱਗ ਲੱਗੀ ਹੈ ਜਿਸ ਦੇ ਕਾਰਨ ਸਕੂਟੀ ਚਾਲਕ ਜੋ ਹੈ ਬੁਰੇ ਤਰੀਕੇ ਦੇ ਨਾਲ ਜਲਦੀ ਅੱਗ ਦੇ ਵਿੱਚ ਝੁਲਸਿਆ ਹੈ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਉੱਥੇ ਰਾਹਗੀਰਾਂ ਨੇ ਉਸਦੀ ਜਾਨ ਨੂੰ ਬਚਾਇਆ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਪੁਲ ਦੇ ਉੱਪਰ ਦੱਸਿਆ ਜਾ ਰਿਹਾ ਕਿ ਜਦੋਂ ਇਹ ਵਿਅਕਤੀ ਆਪਣੀ ਸਕੂਟੀ ਨੂੰ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਹੀ ਸਕੂਟੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਅੱਗ ਲੱਗਣ ਤੋਂ ਬਾਅਦ ਜੋ ਵਿਅਕਤੀ ਹੈ ਉਹ ਅੱਗ ਤੋਂ ਵੱਖ ਹੋ ਪਾਉਂਦਾ, ਇਸ ਤੋਂ ਪਹਿਲਾਂ ਉਸਦੇ ਕੱਪੜਿਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਉਹ ਵਿਅਕਤੀ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ। ਆਨੰਦ ਫਾਨਣ ਦੇ ਵਿੱਚ ਜੋ ਰਾਹਗੀਰ ਨੇ ਫਟਾਫਟ ਉਸਦੇ ਕੱਪੜਿਆਂ ਨੂੰ ਉਤਰਵਾਉਂਦੇ ਨੇ ਤਾਂ ਜੋ ਉਸਦੀ ਜਾਨ ਨੂੰ ਬਚਾਇਆ ਜਾ ਸਕੇ। ਪਰ ਫਿਰ ਵੀ ਕਿਹਾ ਜਾ ਰਿਹਾ ਕਿ ਜੋ ਵਿਅਕਤੀ ਹੈ ਕੁਛ ਕੁ ਫੀਸਦ ਹਿੱਸਾ ਉਸਦਾ ਜੜ ਚੁੱਕਿਆ, ਜਿਸ ਨੂੰ ਕਿ ਹੁਣ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇਸ ਦੌਰਾਨ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਸਕੂਟੀ ਹੈ ਉਸਦੇ ਵਿੱਚ ਅੱਗ ਲੱਗੀ ਹੋਈ ਹੈ ਅਤੇ ਆਲੇ ਦੁਆਲੇ ਦੇ ਜੋ ਲੋਕ ਨੇ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਸਕੂਟੀ ਦੇ ਵਿੱਚ ਅੱਗ ਜ਼ਿਆਦਾ ਹੋਣ ਦੇ ਕਾਰਨ ਕਿਹਾ ਜਾ ਰਿਹਾ ਕਿ ਫਾਇਰ ਬ੍ਰਿਗੇਡ ਨੂੰ ਵੀ ਮੌਕੇ 'ਤੇ ਬੁਲਾਉਣਾ ਪਿਆ, ਜਿਸ ਤੋਂ ਬਾਅਦ ਇਸ ਅੱਗ ਨੂੰ ਬੁਝਾਇਆ ਗਿਆ। ਤਾਂ ਖਬਰ ਲੁਧਿਆਣਾ ਦੇ ਜਗਰਾਓਂ ਪੁਲ ਦੀ ਦੱਸੀ ਜਾ ਰਹੀ ਹੈ, ਜਿੱਥੇ ਕਿ ਅਚਾਨਕ ਇੱਕ ਸਕੂਟੀ ਦੇ ਵਿੱਚ ਚੱਲਦੀ ਹੋਈ ਅੱਗ ਲੱਗ ਜਾਂਦੀ ਹੈ, ਜਿਸ 'ਚ ਚਾਲਕ ਬੁਰੇ ਤਰੀਕੇ ਦੇ ਨਾਲ ਝੁਲਸ ਜਾਂਦਾ ਹੈ। ਰਾਹਗੀਰਾਂ ਦੀ ਮਦਦ ਦੇ ਨਾਲ ਚਾਲਕ ਨੂੰ ਵੱਖ ਕੀਤਾ ਜਾਂਦਾ ਸਕੂਟੀ ਤੋਂ ਅਤੇ ਇਸ ਤੋਂ ਬਾਅਦ ਜੋ ਹੈ ਚਾਲਕ ਦੀ ਜਾਨ ਬਚ ਜਾਂਦੀ ਹੈ।